ਕੀ ਨਾਂ ਸੀ ਇਹਦਾ? ਜਸਪਾਲ ਸਿੰਘ। ਕਿੱਥੋਂ ਨਾਂ ਆਇਆ? ਇਹ ਭੱਦਰਕਾਲੀ ਕੋਲ ਦਾ ਰਹਿਣ ਵਾਲਾ? ਹਾਂਜੀ ਹਾਂਜੀ ਕੋਲ ਦੇ। ਤਾਂ ਪਤਾ ਲੱਗਾ ਕੌਣ ਨੌਜਵਾਨ ਨੇ? ਨਹੀਂ ਉਹਦਾ ਨਹੀਂ ਹਲੇ ਪਤਾ ਲੱਗਾ, ਇੱਕ ਵਾਰੀ ਚੱਲਣ ਦੀ ਹੈ। ਕੀ ਮੰਗ ਆ ਤੁਹਾਡੀ? ਕਿਉਂਕਿ ਇਸ ਤਰ੍ਹਾਂ ਗੋਲੀਆਂ ਚਲਾ ਕੇ ਜਿਹੜੇ ਫਰਾਰ ਹੋ ਗਏ ਨੇ। ਨਹੀਂ ਮੰਗ ਤਾਂ ਇਹੀ ਆ ਕਿ ਹੁਣ ਆਮ ਬੰਦਾ ਰੇਹੜੀ ਉਹਨੇ ਲਾਈ ਵਿਚਾਰੇ ਨੇ, ਫਾਇਰਿੰਗ ਕਰਕੇ ਚੱਲ ਗਏ। ਇਹੀ ਮੰਗ ਹੈ ਕਿ ਕਾਰਵਾਈ ਕੀਤੀ ਜਾਵੇ, ਜਦ ਤੋਂ ਜਦ ਫੜਿਆ ਜਾਵੇ ਜਿਹਨੇ ਵੀ ਫਾਇਰਿੰਗ ਕੀਤੀ ਹੈ, ਕਿਉਂ ਕੀਤੀ ਹੈ। ਬੰਦਾ ਬਹੁਤ ਵਧੀਆ ਸੀ, ਕਿ ਇਹਨੇ ਲੜਾਈ ਝਗੜਾ ਹੈਗਾ ਨਹੀਂ ਸੀ। 30-35 ਸਾਲ ਹੋ ਗਏ ਰੇਹੜੀ ਲਾਉਂਦੇ ਨੂੰ ਉੱਥੇ ਸਕੂਲ ਦੇ ਬਾਹਰ, ਅੱਜ ਤੱਕ ਕਦੇ ਇਹ ਹੋਇਆ ਨਹੀਂ। ਫੈਮਿਲੀ ਵੀ ਕੌਣ ਕੌਣ ਆ ਰਹੀ? ਇਹਨਾਂ ਦੀ ਫੈਮਿਲੀ 'ਚ 2 ਬੇਟੀਆਂ ਨੇ, 1 ਬੇਟਾ ਨੇ। ਬੇਟੀ ਕੋਲੋਂ ਤੇ ਅਸੀਂ ਉਹਨਾਂ ਤੇ ਵੀ ਰੇਡ ਕਰ ਰਹੇ ਹਾਂ, ਔਰ ਲੜਕੀ ਆਉਂਦੀ ਹੈ, ਬਾਕੀ ਸਾਰਾ ਕੁਛ ਪਤਾ ਲੱਗ ਗਿਆ। ਗੋਲੀਆਂ ਲੱਗੀਆਂ ਉਹਨਾਂ ਨੂੰ, 2 ਗੋਲੀਆਂ ਲੱਗੀਆਂ ਆ, ਬਟ ਬਾਕੀ ਅਸੀਂ ਜਦੋਂ ਆਬਜ਼ਰਵੇਸ਼ਨ ਹੋਏਗੀ ਉਹਦੀ ਬੋਡੀ ਦੀ, ਉਸ ਪਤਾ ਲੱਗਾ ਕਿੰਨੇ ਬੰਦੇ ਸੀ ਉਹ? ਨਹੀਂ ਅਜੇ ਕੁਛ ਨਹੀਂ ਪਤਾ ਲੱਗਾ ਕਿਉਂਕਿ ਕੈਮਰੇ ਖੰਗਾਲ ਰਹੇ ਹਾਂ। ਥਾਣੇ ਦੀ ਦੇਖੋ ਕਾਰਨ, ਜਦੋਂ ਉਹ ਲੜਕੀ ਆਏਗੀ ਸਾਰੀ ਤਫਤੀਸ਼ ਚੱਲੇਗੀ, ਤਫਤੀਸ਼ ਵਿੱਚ ਪਤਾ ਲੱਗੇਗਾ। ਕੋਈ ਪੁਰਾਣੀ ਰਜਿਸਟਰੀ ਨਹੀਂ ਸੀਗੀ ਇਸ ਵਾਰੇ, ਅਜੇ ਕੁਛ ਨਹੀਂ ਕਿਹਾ ਜਾ ਸਕਦਾ ਕਿਉਂਕਿ ਕੋਈ 100-150 ਮੀਟਰ ਤੇ ਲੋਕ ਕਹਿ ਰਹੇ ਕਿ ਨਾਮ ਲਾਈਟਾਂ ਨਹੀਂ ਬੰਦ ਪਈਆਂ ਸਾਰੀਆਂ, ਉੱਥੇ ਸਾਡੇ ਕੋਲ ਬਿਆਨ ਆ ਗਏ, ਉੱਥੇ ਕੀ ਵੇਖਦੇ ਤੁਸੀਂ? ਦੇਖੋ ਜੇ ਲਾਈਟਾਂ ਬੰਦ ਪਈਆਂ ਤੇ ਬਹੁਤ ਮਾੜੀ ਗੱਲ ਹੈ, ਇਹ ਸਾਡਾ ਨਹੀਂ, ਇਹ ਕਾਰਪੋਰੇਸ਼ਨ ਦਾ ਹਿੱਸਾ ਹੈ ਲਾਈਟਾਂ ਚਲਾਉਣਾ। ਪੁਲਿਸ ਦਾ ਕੰਮ ਹੈ ਇਹਨੂੰ ਇਨਵੈਸਟੀਗੇਸ਼ਨ ਕਰਨਾ। ਥਾਣੇ ਦੇ ਕੈਮਰੇ ਵੀ ਚੱਲਦੇ ਪਏ, ਦੂਸਰੇ ਕੈਮਰੇ ਵੀ ਖੰਗਾਲ ਰਹੇ ਨੇ। ਇਹਦੇ ਨਾਲ ਇਸ ਤਰ੍ਹਾਂ ਦੀ ਗੱਲ ਨਹੀਂ ਹੁੰਦੀ ਵੀ ਜੇ ਥਾਣੇ ਦੇ ਲਾਗੇ ਗੋਲੀ ਚੱਲ ਗਈ ਤੇ ਲਾ ਐਂਡ ਆਰਡਰ ਫੇਲ ਹੋ ਗਿਆ। ਲਾ ਐਂਡ ਆਰਡਰ ਸਾਡੀਆਂ ਟੀਮਾਂ ਲੱਗ ਗਈਆਂ, ਪਤਾ ਲੱਗਾ ਸੀ 2-3 ਫੈਰ ਹੋਏ। ਮੈਂ ਬੋਡੀ ਦੇਖ ਕੇ ਮੁਕਰ ਜੋਗੇ, ਕਹਿੰਦਾ ਮੈਂ ਔਜਲੇ ਦਾ ਪੀ ਐ, ਮੈਂ ਔਜਲੇ ਕੋ ਵੀ ਪੇਸ਼ ਹੋਈ ਆ ਜੀ, ਪਰ ਔਜਲੇ ਨੇ ਵੀ ਮੇਰੀ ਕੋਈ ਗੱਲ ਨੀ ਸੁਣੀ। ਠੀਕ ਹੈ, ਮੈਂ ਕੋਰਟ ਚ ਜਾਂਦੀ ਰਹੀ ਹਾਂ, ਕੋਰਟ ਚ ਨਹੀਂ ਆਉਂਦਾ ਸੀ ਜੀ, ਕਹਿੰਦਾ ਜਿੱਥੇ ਮਰਜ਼ੀ ਜ਼ੋਰ ਲਾ ਲਓ ਮੇਰੇ ਬਹੁਤ ਲਿੰਕ ਨੇ, ਕਹਿੰਦਾ ਤੁਸੀਂ ਕੁਛ ਨਹੀਂ ਕਰ ਸਕਦੇ। ਮੈਂ ਬਹੁਤ ਦਰਖਾਸਤਾਂ ਪਾਈਆਂ ਕਿ ਪੁਲਿਸ ਵਾਲੇ ਨੇ ਕੋਈ ਗੱਲ ਨਹੀਂ ਸੁਣੀ ਜੀ ਮੇਰੀ। ਠੀਕ ਹੈ, ਉਹ ਪੋਤੇ ਕੋਰਟ ਪੁਲਿਸ ਵਾਲੇ ਕੋਲ ਜਾ ਕੇ ਕਹਿੰਦਾ ਜੀ ਮੇਰਾ ਕੋਰਟ 'ਚ ਕੇਸ ਲੱਗਾ, ਮੈਂ DSP ਦੇ ਵੀ ਪੇਸ਼ ਹੋਈ 2 ਵਾਰੀ, ਐਂ ਮੇਰੀ ਕਿਸੇ ਨੇ ਕੋਈ ਸੁਣੀ ਨਹੀਂ ਜੀ। ਉਸ ਟਾਈਮ 'ਤੇ ਸਿੱਧੀ ਜੀ ਗੱਲ ਕਵਾਂ, ਅੱਜ ਭਾਵੇਂ ਸਾਰੇ ਇੱਥੇ ਕਹੀ ਜਾਂਦੇ ਵੀ ਇੱਦਾਂ ਉੱਦਾਂ, ਪਰ ਉਸ ਟਾਈਮ 'ਤੇ ਕਿਸੇ ਨੇ ਨਹੀਂ ਸੁਣੀ। ਮੈਨੂੰ ਲਵਾਉਣਾ ਸੀ ਨੌਕਰੀ ਦੇ, 2 ਲੱਖ ਰੁਪਈਆ ਲਿਆ, 2 ਚੈੱਕ, 1 ਕੈਂਸਲ, 1 ਬਲੈਂਕ,
ਕਹਿੰਦਾ ਕੱਲ ਨੂੰ ਤੁਸੀਂ ਮੁੱਕਰ ਜਾਓ, ਮੈਂ ਕਿਹਦੇ ਕੋਲ ਪੈਸੇ ਲੈਣੇ ਆ। ਇਹ ਸਰ ਇਹਨੇ ਲਏ ਸੀ 2018 ਦੀ ਗੱਲ ਜੇ। ਅੱਜ ਸਰ ਇਹ ਪਾਪਾ ਦੀ ਦੁਕਾਨ ਤੋਂ ਕਿੰਨੀ ਵਾਰ ਲੰਘੇ, ਪਾਪਾ ਕਹਿੰਦੇ ਜਲਦੀ ਉੱਥੇ ਕਰਾਂਗੇ, ਪਰ ਸਰ ਅੱਜ ਇਹ ਬੰਦਾ ਪਤਾ ਨਹੀਂ ਸੀ ਇਹ ਹਰਕਤ ਕਰੂਗਾ। ਮੈਂ ਪਿੱਛੇ 30 ਤਰੀਕ ਨੂੰ ਕੋਰਟ ਜਾ ਕੇ ਆਈ ਆ, ਇਹ ਬੰਦਾ ਉਦਣ ਵੀ ਨਹੀਂ ਕੋਰਟ ਆਇਆ ਸਰ। ਅੱਜ ਇਹਨੇ ਮੇਰੇ ਪਾਪਾ ਦੇ ਗੋਲੀਆਂ ਚਲਾ ਗਿਆ, ਸ਼ਰੇਆਮ ਸਰ ਕਿੱਥੇ ਗਈ ਪੁਲਿਸ? ਕੀ ਲੱਗਦਾ ਪੁਲਿਸ ਦੀ ਸਾਰੀ ਨਲਾਇਕੀ ਹੈ ਜੀ ਅੱਜ ਤੁਹਾਡੇ ਪਾਪਾ? ਸਰ ਮੈਂ ਪੁਲਿਸ ਨੂੰ ਇੰਨੀਆਂ ਦਰਖਾਸਤਾਂ ਪਾਤੀਆਂ, ਪੁਲਿਸ ਨੇ ਬਸ ਖਾ ਕੇ ਵਿਹਲੀ ਹੋ ਗਈ, ਕਿਸੇ ਨੇ ਨਹੀਂ ਬਾਹ ਫੜੀ। ਪੁਲਿਸ ਨੇ ਕਾਰਵਾਈ, ਕਿਸੇ ਨੇ ਮੇਰੀ ਬਾਹ ਨਹੀਂ ਫੜੀ ਉਸ ਟਾਈਮ ਤੇ। ਪੁਲਿਸ ਨੇ ਕਾਰਵਾਈ ਕੀਤੀ, ਅੱਜ ਤੇ ਪੁਲਿਸ ਨੇ ਕਰਨੀ ਹੈ ਜੀ। ਅੱਜ ਸਰ ਮੇਰੇ ਨਾਲ ਉਹਦੇ ਘਰ ਗਏ ਆ, ਹਰਜੀਤ ਸਿੰਘ ਰਾਜਾ, ਕਹਿੰਦਾ ਮੈਂ ਔਜਲੇ ਦਾ ਪੀਏ ਆ, ਕਹਿੰਦਾ ਮੈਂ ਔਜਲੇ ਦਾ ਪੀਏ ਆ, ਜਾਓ ਔਜਲੇ ਕੋ ਭੇਜ। ਸਰ ਇਹ ਕੁਛ ਨਹੀਂ ਪਤਾ, ਮੈਨੂੰ ਕੁਛ ਨਹੀਂ ਪਤਾ। ਮੈਂ ਸ਼ਿਵਰਾਜ, ਕਿੱਥੋਂ ਦੇ ਰਹਿਣ ਵਾਲੇ ਹੋ?